ਕਲ ਦੋਸਤੋ ਸਵਾਗਤ ਹੈ ਜੀ ਇੱਕ ਵਾਰ ਫਿਰ ਤੁਹਾਡੇ ਆਪਣੇ YouTube ਚੈਨਲ ਪੀਸਟਡ ਸਟਡੀ ਨੋਟਸ ਦੇ ਉੱਪਰ ਜੀ ਸੋ ਮਾਸਟਰ ਕਾਰਡਰ ਐਸਐਸਟੀ ਦੀ ਤਿਆਰੀ ਕਰ ਰਹੇ ਵਿਦਿਆਰਥੀ ਔਰ ਲੈਕਚਰ ਹਿਸਟਰੀ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਦੇ ਲਈ ਅੱਜ ਦਾ ਆਪਣਾ ਹਿਸਟਰੀ ਆਫ ਪੰਜਾਬ ਦਾ ਟੌਪਿਕ ਹੈ ਜੀ ਪੰਜਵਾਂ ਸ੍ਰੀ ਗੁਰੂ ਅਰਜਨ ਦੇਵ ਜੀ ਸੋ ਸਿੱਖਾਂ ਦੇ ਪੰਜਵੇਂ ਗੁਰੂ ਸੀ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਔਰ ਉਹਨਾਂ ਦਾ ਗੁਰਗੱਦੀ ਕਾਲ ਜਿਹੜਾ 1581 ਤੋਂ ਲੈ ਕੇ 1606 ਈਸਵੀ ਤੱਕ ਰਿਹਾ ਜੀ ਭਾਵੇਂ ਉਹਨਾਂ ਨੂੰ ਆਪਣੇ ਵੱਡੇ ਭਰਾ ਪ੍ਰਿਥੀ ਚੰਦ ਤੇ Hindu ਤੇ Musliman ਕੱਟੜ ਪੰਥੀਆਂ ਦਾ ਜ਼ੋਰਦਾਰ ਵਿਰੋਧ ਸਹਿਣਾ ਪਿਆ ਜੀ ਫਿਰ ਵੀ ਉਹਨਾਂ ਦੇ ਕਾਲ ਵਿੱਚ ਸਿੱਖ ਧਰਮ ਦੇ ਵਿਕਾਸ ਲਈ ਕਈ ਮਹੱਤਵਪੂਰਨ ਜਿਹੜੇ ਕੰਮ ਉਹਨਾਂ ਨੇ ਕੀਤੇ ਜੀ ਸੋ ਉਹ ਉਹਨਾਂ ਦੇ ਜੀਵਨ ਦੇ ਨਾਲ ਰਿਲੇਟਡ ਪਹਿਲਾਂ ਸੰਖੇਪ ਜਾਣਕਾਰੀ ਹਾਸਲ ਕਰਾਂਗੇ ਔਰ ਉਸ ਤੋਂ ਬਾਅਦ ਜਿਹੜੇ ਇੰਪੋਰਟੈਂਟ MCQ ਸੰਭਾਵਿਤ ਕੁਐਸਚਨ ਜਿਹੜੇ ਆ ਸਕਦੇ ਨੇ ਇਗਜ਼ਾਮ ਦੇ ਵਿੱਚ ਉਹ ਡਿਸਕਸ ਕਰਾਂਗੇ ਜੀ ਨਵੇਂ ਵਿਦਿਆਰਥੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਪਲੇਲਿਸਟ ਤੇ ਜਾ ਕੇ ਉਸ ਤੋਂ ਪਹਿਲਾਂ ਜਿੰਨੇ ਵੀ ਅਪਲੋਡ ਵੀਡੀਓ ਨੇ ਉਹ ਦੇਖ ਸਕਦੇ ਨੇ ਜੀ ਸੋ ਸਭ ਤੋਂ ਪਹਿਲਾਂ ਗੱਲ ਕਰਦੇ ਆ ਜੀ ਉਹਨਾਂ ਦੇ ਜਨਮ ਦਿਜੀ ਗੁਰੂ ਜੀ ਦਾ ਜਨਮ ਜਿਹੜਾ 15 April 1563 ਈਸਵੀ ਨੂੰ ਗੋਇੰਦਵਾਲ ਤਰਨ ਤਾਰਨ ਵਿਖੇ ਜਿਹੜਾ ਹੋਇਆ ਸੀ ਜੀ ਕਈ ਵਾਰੀ ਕੁਐਸਚਨ ਆਉਂਦਾ ਹੈ ਕਿ ਜਨਮ ਕਿੱਥੇ ਹੋਇਆ ਜੀ ਸੋ ਜਨਮ ਹੋਇਆ ਗੋਇੰਦਵਾਲ ਸਾਹਿਬ ਚ ਔਰ ਹੋਇਆ ਜੀ 15 April 1563 ਈਸਵੀ ਨੂੰ ਅਗਲਾ ਜੀ ਮਾਤਾ ਪਿਤਾ ਸੋ ਉਹਨਾਂ ਦੇ ਪਿਤਾ ਦਾ ਨਾਮ ਸੀ ਜੀ ਸ੍ਰੀ ਗੁਰੂ ਰਾਮਦਾਸ ਜੀ ਜੋ ਕਿ ਚੌਥੇ ਗੁਰੂ ਸੀ ਜੀ ਔਰ ਮਾਤਾ ਦਾ ਨਾਮ ਸੀ ਜੀ ਬੀਬੀ ਭਾਨੀ ਜੀ ਜੋ ਕਿ ਸ਼੍ਰੀ ਗੁਰੂ ਅਮਰਦਾਸ ਜੀ ਦੀ ਸੁਪਤਰੀ ਸਾਂਝ ਅੱਗੇ ਜੀ ਵਿਆਹ ਮਿਉ ਨਾਮੀ ਪਿੰਡ ਦੇ ਨਿਵਾਸੀ ਕ੍ਰਿਸ਼ਨ ਚੰਦ ਦੀ ਸੁਪਤਰੀ ਗੰਗਾ ਦੇਵੀ ਜੀ ਨਾਲ ਹੋਇਆ ਸੀ ਜੀ ਸੰਤਾਨ ਉਹਨਾਂ ਦੀ ਸ਼੍ਰੀ ਗੁਰੂ ਹਰਗੋਬਿੰਦ ਸਿੰਘ ਜੀ ਜਿਸੀ ਜੋ ਕੀ ਛੇਵੇਂ ਗੁਰੂ ਬਣੇ ਜੀ ਬਾਅਦ ਚ ਔਰ ਉਹਨਾਂ ਦਾ ਜਨਮ ਜਿਹੜਾ ਹੋਇਆ ਸੀ ਗੁਰੂ ਹਰਗੋਬਿੰਦ ਜੀ ਦਾ 1595 ਈਸਵੀ ਚ ਹੋਇਆ ਸੀ ਜੀ ਔਰ 2216 ਸ਼ਬਦਾਂ ਦੀ ਗੁਰੂ ਜੀ ਨੇ ਰਚਨਾ ਕੀਤੀ ਸੀ ਜੀ ਸਮਕਾਲੀਨ ਸ਼ਾਸਕ ਸੀ ਜੀ ਉਹਨਾਂ ਦੇ ਜਹਾਂਗੀਰ ਤੇ ਅਕਬਰ ਜੀ ਔਰ ਗੁਰਿਆਈ ਗੁਰੂ ਜੀ ਨੂੰ ਮਿਲੀ ਸੀ ਜੀ 1 ਸਤੰਬਰ 1581 ਈਸਵੀ ਨੂੰ ਜੋਤੀ ਜੋਤ ਸਮਾਏ ਸੀ ਜੀ ਜੂਨ 1606 ਈਸਵੀ ਨੂੰ ਔਰ ਉਹਨਾਂ ਦੇ ਉਤਰਾਧਿਕਾਰੀ ਬਣੇ ਸੀ ਜੀ ਗੁਰੂ ਹਰਗੋਬਿੰਦ ਜੀ ਔਰ ਗੁਰਗੱਦੀ ਸਮੇਂ ਔਂਕੜਾ ਜਿਹੜੀਆਂ ਆਈਆਂ ਸੀ ਜੀ ਇੱਕ ਤਾਂ ਪ੍ਰਥੀਏ ਦਾ ਵਿਰੋਧ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਪ੍ਰਥੀਆ ਜਿਹੜਾ ਆਪਣੇ ਆਪ ਨੂੰ ਗੁਰਗੱਦੀ ਦਾ ਵਾਰਿਸ ਸਮਝਦਾ ਸੀ ਜੀ ਕੱਟੜ ਮੁਸਲਮਾਨਾਂ ਨੇ ਵਿਰੋਧ ਕੀਤਾ ਬ੍ਰਾਹਮਣਾਂ ਨੇ ਵਿਰੋਧ ਕੀਤਾ ਔਰ ਚੰਦੂ ਸ਼ਾਹ ਦੇ ਵਿਰੋਧ ਦਾ ਵੀ ਸਾਹਮਣਾ ਉਹਨਾਂ ਨੂੰ ਕਰਨਾ ਪਿਆ ਜੀ। ਕਈ ਵਾਰੀ ਜਿਹੜਾ ਹੈ ਕੁਐਸਚਨ ਆ ਜਾਂਦਾ ਚੰਦੂ ਸ਼ਾਹ ਕੌਣ ਸੀ ਤੇ ਚੰਦੂ ਸ਼ਾਹ ਜਿਹੜਾ ਹੈ ਉਹ ਲਾਹੌਰ ਦਾ ਦਿਵਾਨ ਸੀ ਜੀ। ਉਹ ਅ ਕਾਰਨ ਕੀ ਸੀ ਉਸ ਦੀ ਵਿਰੋਧਤਾ ਦਾ? ਸੋ ਵਿਰੋਧ ਉਸ ਨੇ ਇਸ ਕਰਕੇ ਕੀਤਾ ਕਿ ਚੰਦੂ ਸ਼ਾਹ ਆਪਣੀ ਸੁਪੁੱਤਰੀ ਦਾ ਵਿਆਹ ਗੁਰੂ ਸਾਹਿਬ ਦੇ ਸੁਪੁੱਤਰ ਹਰਗੋਬਿੰਦ ਜੀ ਨਾਲ ਕਰਨਾ ਚਾਹੁੰਦਾ ਸੀ। ਔਰ ਉਸਨੇ ਇਹ ਸੁਝਾ ਗੁਰੂ ਸਾਹਿਬ ਦੇ ਸਾਹਮਣੇ ਰੱਖਿਆ ਗੁਰੂ ਸਾਹਿਬ ਨੇ ਚੰਦੂ ਦੇ ਸੁਝਾ ਨੂੰ ਅਸਵੀਕਾਰ ਜਿਹੜਾ ਹੈ ਕਿਹਾ ਕਰ ਕਿਹਾ ਜਾਂਦਾ ਹੈ ਕਿ ਕਰ ਦਿੱਤਾ ਜੀ ਔਰ ਚੰਦੂ ਸ਼ਾਹ ਨੇ ਇਸ ਵਿੱਚ ਆਪਣਾ ਅਪਮਾਨ ਸਮਝਿਆ ਤੇ ਪ੍ਰਥੀਏ ਤੇ ਸੂਲੀ ਖਾਨ ਨਾਲ ਮਿਲ ਕੇ ਜਿਹੜਾ ਹੈ ਗੁਰੂ ਜੀ ਦੇ ਵਿਰੁੱਧ ਸਾਜ਼ਿਸ਼ਾਂ ਰਚੀਆਂ ਜੀ ਵਿਸ਼ੇਸ਼ ਯੋਗਦਾਨ ਸਭ ਤੋਂ ਵੱਡਾ ਯੋਗਦਾਨ ਰਿਹਾ ਜੀ ਆਦ ਗ੍ਰੰਥ ਦਾ ਸੰਕਲਨ ਕੀਤਾ ਜੀ ਸੋ ਉਹਨਾਂ ਦੇ ਸਮੇਂ ਤੱਕ ਜਿਹੜਾ ਹੈ ਸਿੱਖਾਂ ਦਾ ਜਿਹੜਾ ਜਨਸੰਖਿਆ ਸਿੱਖਾਂ ਦੀ ਕਾਫੀ ਜਿਹੜੀ ਵਧ ਗਈ ਸੀ ਜੀ ਔਰ ਸਭ ਸਿੱਖਾਂ ਲਈ ਗੁਰੂ ਸਾਹਿਬ ਕੋਲ ਹਾਜ਼ਰ ਹੋਣਾ ਸੰਭਵ ਨਹੀਂ ਸੀ ਇਸ ਲਈ ਲੋਕਾਂ ਨੇ ਸਿੱਖ ਗੁਰਾਂ ਦੇ ਨਾਂ ਹੇਠ ਆਪਣੇ ਜਿਹੜੇ ਸ਼ਲੋਕ ਲਿਖਨੇ ਆਰੰਭ ਕਰ ਦਿੱਤੇ ਸੀ ਜੀ ਸੋ ਇਸ ਲਈ ਸਿੱਖਾਂ ਨੂੰ ਗੁਰੂਆਂ ਦੀ ਸੰਪੂਰਨ ਸ਼ੁੱਧ ਤੇ ਪ੍ਰਮਾਣਿਕ ਬਾਣੀ ਗਿਆਨ ਕਰਵਾਉਣ ਲਈ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਸੰਕਲਨ ਹੈ ਉਹ ਕੀਤਾ ਜੀ ਗੁਰੂ ਜੀ ਨੇ ਜਿਹੜਾ ਆਪ ਗੋਇੰਦਵਾਲ ਜਾ ਕੇ ਗੁਰੂ ਅਮਰਦਾਸ ਜੀ ਦੇ ਸੁਪੁੱਤਰ ਬਾਬਾ ਮੂਨ ਤੋਂ ਪਹਿਲੇ ਗੁਰੂਆਂ ਦੀ ਬਾਣੀ ਜਿਹੜੀ ਪ੍ਰਾਪਤ ਕੀਤੀ ਜੀ ਔਰ ਉਸ ਬਾਣੀ ਵਿੱਚ ਜਿਹੜੇ ਨੇ ਸ਼ਬਦ ਨੋਟ ਕਰ ਲਓ ਜੀ ਗੁਰੂ ਨਾਨਕ ਦੇਵ ਜੀ ਦੇ 976 ਸ਼ਬਦ ਨੇ ਜੀ ਔਰ ਗੁਰੂ ਅੰਗਦ ਦੇਵ ਜੀ ਦੇ 62 ਸ਼ਬਦ ਜੀ ਗੁਰੂ ਅਮਰਦਾਸ ਜੀ ਦੇ 907 ਸ਼ਬਦ ਜੀ ਔਰ ਗੁਰੂ ਰਾਮਦਾਸ ਜੀ ਦੇ ਜਿਹੜੇ ਨੇ 679 ਸ਼ਬਦ ਸੀ ਜੀ ਗੁਰੂ ਅਰਜਨ ਦੇਵ ਜੀ ਨੇ ਕਈ ਸੰਤਾਂ ਤੇ ਭਗਤਾਂ ਜਿਵੇਂ ਕਬੀਰ, ਨਾਮਦੇਵ, ਫਰੀਦ ਆਦਿ ਦੀ ਬਾਣੀ ਵੀ ਇਕੱਠੀ ਕੀਤੀ ਔਰ ਸਾਰੀ ਸਮਗਰੀ ਇਕੱਠੀ ਕਰਨ ਉਪਰੰਤ ਗੁਰੂ ਅਰਜਨ ਦੇਵ ਜੀ ਨੇ ਰਾਮਸਰ ਸਰੋਵਰ ਦੇ ਕੰਡੇ ਇਕਾਂਤ ਤੇ ਰਮਨੀਕ ਥਾਂ ਤੇ ਗ੍ਰੰਥ ਦੇ ਸੰਕਲਨ ਦਾ ਮਹਾਨ ਕਾਰਜ ਜਿਹੜਾ ਆਰੰਭ ਕੀਤਾ ਗੁਰੂ ਅਰਜਨ ਦੇਵ ਜੀ ਲਿਖਵਾਉਂਦੇ ਗਏ ਭਾਈ ਗੁਰਦਾਸ ਜੀ ਲਿਖਦੇ ਗਏ ਜੀ ਸੋ ਭਾਈ ਗੁਰਦਾਸ ਜੀ ਨੇ ਲਿਖਿਆ ਸੀ ਜੀ ਉਦੋਂ ਔਰ 1604 ਈਸਵੀ ਦੇ ਵਿੱਚ ਜਿਹੜਾ ਇਹ ਕੰਮ ਸੰਪੂਰਨ ਹੋਇਆ ਸੀ ਜੀ ਦੂਸਰਾ ਗੁਰੂ ਰਾਮਦਾਸ ਜੀ ਦੇ ਕੰਮਾਂ ਨੂੰ ਸੰਪੂਰਨਤਾ ਦਿੱਤੀ ਸੀ ਜੀ ਉਹਨਾਂ ਨੇ ਜਿਵੇਂ ਕਿ ਆਪਾਂ ਪਿਛਲੇ ਵੀਡੀਓ ਦੇ ਵਿੱਚ ਪੜਿਆ ਸੀ ਕਿ ਗੁਰੂ ਰਾਮਦਾਸ ਜੀ ਨੇ ਰਾਮਦਾਸਪੁਰਾ ਅੰਮ੍ਰਿਤਸਰ ਦੀ ਨਹੀਂ ਰੱਖੀ ਸੀ ਔਰ ਉਹਨਾਂ ਨੇ ਉੱਥੇ ਅੰਮ੍ਰਿਤਸਰ ਤੇ ਸੰਤੋਖ ਸਰ ਨਾਮੀ ਦੋ ਸਰੋਵਰਾਂ ਦੀ ਖੁਦਾਈ ਦਾ ਕੰਮ ਸ਼ੁਰੂ ਕੀਤਾ ਸੀ ਪਰ ਉਹਨਾਂ ਕਾਰਜਾਂ ਨੂੰ ਮੁਕੰਮਲ ਨਹੀਂ ਕਰ ਸਕੇ ਸਨ ਗੁਰੂ ਅਰਜਨ ਦੇਵ ਜੀ ਨੇ ਅੰਮ੍ਰਿਤਸਰ ਤੇ ਸੰਤੋਖ ਸਰ ਸਰੋਵਰ ਦੇ ਨਿਰਮਾਣ ਦਾ ਕਾਰਜ ਜਿਹੜਾ ਮੁਕੰਮਲ ਕੀਤਾ ਜੀ ਔਰ ਉਹਨਾਂ ਨੇ ਭਾਈ ਬੁੱਢਾ ਜੀ ਦੀ ਸਹਾਇਤਾ ਨਾਲ ਅੰਮ੍ਰਿਤਸਰ ਸ਼ਹਿਰ ਦੇ ਨਿਰਮਾਣ ਦਾ ਕਾਰਜ ਵੀ ਪੂਰਾ ਕੀਤਾ ਜੀ ਉਸ ਤੋਂ ਬਾਅਦ ਦਸਵੰਦ ਪ੍ਰਥਾ ਦੀ ਜਿਹੜੀ ਸ਼ੁਰੂਆਤ ਗੁਰੂ ਜੀ ਨੇ ਕੀਤੀ ਜੀ ਅਰਥਾਤ ਜਿਹੜਾ ਹਰ ਸਿੱਖ ਦਸਵੰਦ ਅਰਥਾਤ ਆਪਣੀ ਆਮਦੰਦਾ ਦਸਵਾਂ ਭਾਗ ਗੁਰੂ ਦੇ ਨਾਮ ਪੇਟਾ ਕਰੇਗਾ ਔਰ ਦਸਵੰਦ ਇਕੱਠਾ ਕਰ ਲਈ ਵਿਸ਼ੇਸ਼ ਪ੍ਰਤੀਨਿਧ ਥਾਪੇ ਗਏ ਜੀ ਔਰ ਉਹ ਇਕੱਠਾ ਕੀਤਾ ਗਿਆ ਧਨ ਵਿਸਾਖੀ ਦੇ ਦਿਨ ਅੰਮ੍ਰਿਤਸਰ ਵਿੱਚ ਗੁਰੂ ਕੀ ਕੋਲਕ ਦੇ ਵਿੱਚ ਜਮਾ ਕਰਵਾਉਣਗੇ ਸੋ ਇਹ ਚੀਜ਼ਾਂ ਜਿਹੜੀਆਂ ਕਹੀਆਂ ਗਈਆਂ ਅੱਗੇ ਹੈ ਜੀ ਸ੍ਰੀ ਹਰਿਮੰਦਰ ਸਾਹਿਬ ਦੀ ਸਥਾਪਨਾ ਕਰਨਾ ਜੀ ਸੋ ਗੁਰੂ ਅਰਜਨ ਦੇਵ ਜੀ ਨੇ ਅੰਮ੍ਰਿਤਸਰ ਸਰੋਵਰ ਦੇ ਵਿਚਕਾਰ ਜੀ 1588 ਈਸਵੀ ਦੇ ਵਿੱਚ ਜੇਕਰ ਪੁੱਛਿਆ ਜਾਏ ਕਦੋਂ ਤਾਂ 1588 ਈਸਵੀ ਦੇ ਵਿੱਚ ਹਰਿਮੰਦਰ ਸਾਹਿਬ ਦੀ ਉਸਾਰੀ ਦਾ ਜਿਹੜਾ ਕੰਮ ਸ਼ੁਰੂ ਕਰਵਾਇਆ ਜੀ ਰਮਨਿਆ ਜਾਂਦਾ ਹੈ ਕਿ ਹਰਮੰਦਰ ਸਾਹਿਬ ਦਾ ਜਿਹੜਾ ਨੀ ਪੱਥਰ ਹੈ ਉਹ 1500 1599 ਈਸਵੀ ਦੇ ਵਿੱਚ ਜਿਹੜਾ ਹੈ ਸੂਫੀ ਫਕੀਰ ਮੀਆਂ ਮੀਰ ਨੇ ਰੱਖਿਆ ਸੀ ਜੀ ਯਾਨੀ ਕਿ 1588 ਜਾਂ 99 ਦੇ ਵਿੱਚ ਨੀ ਪੱਥਰ ਰੱਖਿਆ ਗਿਆ ਸੀ ਜੀ ਸੋ ਪੰਜਾਬ ਬੋਰਡ ਦੀ ਬੁੱਕ ਹੈ ਜੀ ਉਹਦੇ ਵਿੱਚ ਇਦਾਂ ਲਿਖਿਆ ਹੋਇਆ ਕਿ 1588 ਦੇ ਵਿੱਚ ਹਰਮੰਦਰ ਸਾਹਿਬ ਦੀ ਸਾਰੀ ਦਾ ਕੰਮ ਸ਼ੁਰੂ ਕਰਵਾਇਆ ਔਰ ਨੀ ਪੱਥਰ ਦੀ ਜਿਹੜੀ ਡੇਟ ਦਿੱਤੀ ਉਹ 1599 ਦਿੱਤੀ ਹੋਈ ਹੈ ਜੀ ਔਰ ਜਿਹੜਾ ਇੰਪੋਰਟੈਂਟ ਕੁਐਸਚਨ ਜ਼ਿਆਦਾਤਰ ਆਉਂਦਾ ਇਹੀ ਆਉਂਦਾ ਕਿ ਹਰਮੰਦਰ ਸਾਹਿਬ ਦੀ ਨੀ ਕਿਸ ਦੁਆਰਾ ਰੱਖੀ ਗਈ ਤਾਂ ਸੇ ਸੂਫੀ ਫਕੀਰ मियां मीर ਦੁਆਰਾ ਜਿਹੜੀ ਹੈ ਉਹ ਰੱਖੀ ਗਈ ਹੈ ਹਰਮੰਦਰ ਸਾਹਿਬ ਦੇ ਚਾਰ ਪਾਸੇ ਦਰਵਾਜ਼ੇ ਰੱਖੇ ਗਏ ਕੀ ਗਏ ਜੀ ਭਾਵ ਇਹ ਮੰਦਿਰ ਚਾਰੇ ਜਾਤਾਂ ਤੇ ਚਾਰੇ ਪਾਸਿਓਂ ਯਾਨੀ ਕਿ ਚਾਰੇ ਦਿਸ਼ਾਵਾਂ ਤੋਂ ਆਉਣ ਵਾਲੇ ਲੋਕਾਂ ਦੇ ਲਈ ਖੁੱਲੇ ਨੇ ਹਰਮੰਦਰ ਸਾਹਿਬ ਦੀ ਸਾਰੀ ਭਾਈ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਦੀ ਦੇਖ ਰੇਖ ਦੇ ਵਿੱਚ ਹੋਈ ਜੀ ਔਰ 1601 ਦੇ ਵਿੱਚ ਸੰਪੂਰਨ ਹੋ ਗਈ ਸੀ ਜੀ 1601 ਦੇ ਵਿੱਚ ਸੰਪੂਰਨ ਹੋ ਗਈ ਸੀ ਔਰ ਸਤੰਬਰ 1604 ਈਸਵੀ ਦੇ ਵਿੱਚ 1604 ਵਿੱਚ ਜਿਹੜਾ ਹੈ ਹਰਮੰਦਰ ਸਾਹਿਬ ਵਿੱਚ ਆਦ ਗ੍ਰੰਥ ਸਾਹਿਬ ਦੀ ਜਿਹੜੀ ਸਥਾਪਨਾ ਕਰ ਦਿੱਤੀ ਗਈ ਸੀ ਔਰ ਭਾਈ ਭੁੱड्डा जी ਨੂੰ ਉੱਥੋਂ ਦਾ ਪਹਿਲਾ ਜਿਹੜਾ ਗ੍ਰੰਥੀ ਥਾਪਿਆ ਗਿਆ ਸੀ ਇੰਪੋਰਟੈਂਟ ਕੁਐਸਚਨ ਆ ਜਾਂਦਾ ਕਿ ਪਹਿਲੇ ਗ੍ਰੰਥੀ ਕੌਣ ਸੀ ਗੁਰੂ ਗ੍ਰੰਥ ਸਾਹਿਬ ਜੀ ਤੇ ਤਾਂ ਉਹ ਸੀ ਜੀ ਬਾਬਾ ਬੁੱਢਾ ਜੀ ਜਾਂ ਭਾਈ ਬੁੱਢਾ ਜੀ ਕਹਿੰਦੇ ਨੇ ਜੀ ਔਰ ਅੰਮ੍ਰਿਤਸਰ ਵਿਖੇ ਹਰਮੰਦਰ ਸਾਹਿਬ ਦਾ ਨਿਰਮਾਣ ਸਿੱਖ ਧਰਮ ਦੀ ਦਿੜ੍ਹਪਰਵਕ ਸਥਾਪਨਾ ਲਈ ਸਭ ਤੋਂ ਵੱਧ ਮਹੱਤਵਪੂਰਨ ਕਾਰ ਸੀ ਇਸ ਨਾਲ ਸਿੱਖਾਂ ਨੂੰ Hindu ਤੀਰਥ ਸਥਾਨਾਂ ਦੀ ਯਾਤਰਾ ਕਰਨ ਦੀ ਜਿਹੜੀ ਲੋੜ ਨਾ ਰਹੀ ਔਰ ਅੰਮ੍ਰਿਤਸਰ ਸਿੱਖਾਂ ਦਾ ਮੱਕਾ ਤੇ ਗੰਗਾ ਬਨਾਰਸ ਜਿਹੜਾ ਉਹ ਬਣ ਗਿਆ ਜੀ ਅੱਗੇ ਆ ਜੀ ਸ਼ਹੀਦੀ ਦੀ ਪਰੰਪਰਤਾ ਦੀ ਜਿਹੜੀ ਹੈ ਸ਼ੁਰੂਆਤ ਹੋਈ ਜੀ ਸੋ ਗੁਰੂ ਜੀ ਦੇ ਅਕਬਰ ਦੇ ਨਾਲ ਜਿਹੜੇ ਸਬੰਧ ਸੀ ਉਹ ਮਿੱਤਰਤਾਪੂਰ ਰਹਿ ਜੀ 1605 ਸੀ ਦੇ ਵਿੱਚ ਜਿਹੜਾ ਅਕਬਰ ਦੀ ਮੌਤ ਤੋਂ ਬਾਅਦ ਮੁਗਲ ਸਮਰਾਟ ਜਿਹੜਾ ਜਹਾਂਗੀਰ ਬਣਿਆ ਜੀ ਔਰ ਗੁਰੂ ਅਰਜਨ ਦੇਵ ਜੀ ਦੇ ਧਰਮ ਦੇ ਦਿਨੋਂ ਦਿਨ ਵੱਧ ਰਹੀ ਸਰਪ੍ਰਸਤਾਂ ਨੂੰ ਸਹਿਨਾ ਕਰ ਸਕਿਆ ਔਰ ਕੁਝ ਸਮੇਂ ਪਿਛੋਂ ਸਹਿਜਾ ਦਾ ਖੁਸਰੋ ਨੇ ਜਹਾਂਗੀਰ ਦੇ ਵਿਰੁੱਧ ਵਿਦਰੋਹ ਕੀਤਾ ਸੀ ਜੀ ਜਦੋਂ ਸਾਹੀ ਸੁਨਾਮਾ ਨੇ ਖੁਸਰੋ ਦਾ ਪਿੱਛਾ ਕੀਤਾ ਤਾਂ ਉਸਨੇ ਦੌੜ ਕੇ ਕੁਝ ਸਮੇਂ ਲਈ ਗੁਰੂ ਸਾਹਿਬ ਕੋਲ ਸ਼ਰਨ ਲਈ ਸੀ ਇਸ ਲਈ ਜਹਾਂਗੀਰ ਜੋ ਪਹਿਲਾਂ ਗੁਰੂ ਅਰਜਨ ਦੇਵ ਜੀ ਦੇ ਵਿਰੁੱਧ ਕਾਰਵਾਈ ਕਰਨ ਲਈ ਬਹਾਨਾ ਲੱਭ ਰਿਹਾ ਸੀ ਤਾਂ ਰਾਜ ਦੇ ਬਾਗੀ ਖੁਸਰੋ ਨੂੰ ਸਹਾਇਤਾ ਕਰਨ ਦੇ ਬਰਾਦ ਵਿੱਚ ਗੁਰੂ ਸਾਹਿਬ ਉੱਤੇ ਜਿਹੜਾ ਹੈ 2 ਲੱਖ ਰੁਪਏ ਦਾ ਉਸਨੇ ਜੁਰਮਾਨਾ ਕਰ ਦਿੱਤਾ ਗੁਰੂ ਸਾਹਿਬ ਨੇ ਇਸ ਜੁਰਮਾਨੇ ਨੂੰ ਅਨੁਚਿਤ ਸਮਝਿਆ ਜੀ ਗਲਤ ਸਮਝਿਆ ਜੀ ਔਰ ਦੇਣ ਤੋਂ ਨਾ ਕਰਤੀ ਔਰ ਇਸ ਤੇ ਉਹਨਾਂ ਨੂੰ ਜਿਹੜਾ ਹੈ ਫਿਰ ਸ਼ਹੀਦ ਜਿਹੜਾ ਹੈ ਕਰ ਦਿੱਤਾ ਗਿਆ ਜੀ ਸੋ ਇਸ ਤਰ੍ਹਾਂ ਇੱਕ ਸਿੱਖ ਧਰਮ ਦੇ ਵਿੱਚ ਨਵੀਂ ਪਰੰਪਰਾ ਸ਼ੁਰੂ ਹੋਈ ਜੀ ਬਲੀਦਾਨ ਦੀ ਜਾਂ ਆਤਮ ਬਲ ਬਲੀਦਾਨ ਦੀ ਪਰੰਪਰਾ ਆਪਾਂ ਉਸ ਨੂੰ ਕਹਿ ਸਕਦੇ ਹਾਂ ਜੀ ਸੋ ਅੱਗੇ ਕਰਦੇ ਹਾਂ ਜੀ ਆਪਾਂ ਐਮਸੀਕਿਊਜ਼ ਫਸਟ ਹੈ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਜਨਮ ਕਦੋਂ ਹੋਇਆ ਜੀ ਸਹੀ ਆਨਸਰ ਹੈ ਜੀ অপਸ਼ਨ ਬੀ 1500 63 ਈਸਵੀ ਦੇ ਵਿੱਚ ਜੀ 15 April 1563 AD ਵਿੱਚ ਜੇਕਰ ਪੁੱਛਿਆ ਜਾਏ ਕਿੱਥੇ ਹੋਇਆ ਤਾਂ ਗੋਇੰਦਵਾਲ ਸਾਹਿਬ ਜੀ ਅੱਗੇ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਗੁਰੂਕਾਲ ਕੀ ਸੀ ਸਹੀ ਅਨਸਰ ਹੈ ਜੀ অপਸ਼ਨ ਸੀ 1582 ਤੋਂ ਲੈ ਕੇ 1605 AD ਜੀ ਅਗਲਾ ਕੁਐਸਚਨ ਹੈ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਮਾਤਾ ਜੀ ਦਾ ਕੀ ਨਾਮ ਸੀ ਜੀ ਸਹੀ ਅਨਸਰ ਹੈ ਜੀ অপਸ਼ਨ ਬੀ ਬੀਬੀ ਪਾਨੀ ਜੀ ਨੈਕਸਟ ਕੁਐਸਚਨ ਹੈ ਜੀ ਕੁਐਸਚਨ ਨੰਬਰ 4 ਸਿੱਖ ਇਤਿਹਾਸ ਵਿੱਚ ਸਭ ਤੋਂ ਪਹਿਲਾ ਸੱਚੇ ਪਾਤਸ਼ਾਹ ਦੀ ਉਪਾਧੀ ਕਿਸ ਨੂੰ ਮਿਲੀ ਜੀ ਸੋ ਇਸ ਕੁਐਸਚਨ ਤੇ ਥੋੜਾ ਜਿਹਾ ਡਾਊਟ ਹੈ ਜੀ ਸੋ ਇਸ ਨੂੰ ਆਪਾਂ ਫਿਲਹਾਲ ਛੱਡ ਰਿਹਾ ਨੈਕਸਟ ਵੀਡੀਓ ਚ ਡਿਸਕਸ ਕਰਾਂਗੇ ਕੁਝ ਥਾਵਾਂ ਤੇ ਹਰਗੋਬਿੰਦ ਸਾਹਿਬ ਸ਼ਹੀਮੇ ਪਾਸ਼ਾ ਲਿਖਿਆ ਹੋਇਆ ਜੀ ਸੱਚੇ ਪਾਸ਼ਾ ਦੀ ਉਪਾਧੀ ਜੀ ਸੋ ਇਹ ਕੁਐਸਚਨ ਜਿਹੜਾ ਹੈ ਫਿਲਹਾਲ ਆਪਾਂ ਨਹੀਂ ਕਰਦੇ ਜੀ ਨੈਕਸਟ ਵੀਡੀਓ ਚ ਕਰ ਲਾਂਗੇ ਅਗਲਾ ਕੁਐਸਚਨ ਹੈ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਮਕਾਲੀ ਮੁਗਲ ਸ਼ਾਸਕ ਕੌਣ ਸਨ ਸਹੀ ਆਨਸਰ ਹੈ ਜੀ অপਸ਼ਨ A ਅਕਬਰ ਤੇ ਜਹਾਂਗੀਰ ਜੀ ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 6 ਗੰਗਾ ਸਰ ਨਾਮਕ ਸਰੋਵਰ ਕਿੱਥੇ ਸਥਿਤ ਹੈ ਜੀ ਸਹੀ ਆਨਸਰ ਹੈ ਜੀ অপਸ਼ਨ ਬੀ ਜੀ ਕਰਤਾਰਪੁਰ ਜਲੰਧਰ ਜ਼ਿਲ੍ਹੇ ਦੇ ਵਿੱਚ ਹੈ ਜੀ ਗੰਗਾ ਸਰ ਨਾਮਕ ਸਰੋਵਰ ਜੀ ਸੋ ਜਲੰਧਰ ਦੇ ਨੇੜੇ 1593 ਈਸਵੀ ਦੇ ਵਿੱਚ ਇੱਕ ਸ਼ਹਿਰ ਦੀ ਨੀਂ ਰੱਖੀ ਸੀ ਜਿਸ ਦਾ ਨਾਂ ਕਰਤਾਰਪੁਰ ਜਾਂ ਈਸ਼ਵਰ ਦਾ ਸ਼ਹਿਰ ਰੱਖਿਆ ਜੀ ਗੁਰੂ ਸਾਹਿਬ ਨੇ ਇੱਥੇ ਖੂਹ ਖਦਵਾਇਆ ਸੀ ਜਿਸ ਦਾ ਨਾਂ ਗੰਗਸਰ ਜਾਂ ਗੰਗਾ ਸਰ ਜਿਹੜਾ ਹੈ ਰੱਖਿਆ ਸੀ ਜੀ ਨੈਕਸਟ ਹੈ ਜੀ ਕੁਐਸਚਨ ਨੰਬਰ 7 ਦਸਵੰਤ ਪ੍ਰਥਾ ਨੂੰ ਸ਼ੁਰੂ ਕਰਨ ਪਿੱਛੇ ਪ੍ਰਮੁੱਖ ਉਦੇਸ਼ ਕੀ ਸੀ ਸਹੀ ਆਨਸਰ ਹੈ ਜੀ অপਸ਼ਨ ਬੀ ਨਵੇਂ ਸਥਾਪਿਤ ਸਰੋਵਰਾਂ ਦੀ ਧੰਨ ਦੀ ਲੋੜ ਕਾਰਨ ਜਿਹੜਾ ਹੈ ਦਸਵੰਦ ਪ੍ਰਥਾ ਸ਼ੁਰੂ ਕੀਤੀ ਗਈ ਸੀ ਚੰਦੂ ਸ਼ਾਹ ਕੌਣ ਸੀ ਜੀ ਸਹੀ ਆਨਸਰ ਹੈ ਜੀ অপਸ਼ਨ ਸੀ ਲਾਹੌਰ ਦਾ ਦਿਵਾਨ ਸੀ ਜੀ ਚੰਦੂ ਸ਼ਾਹ ਕੁਐਸਚਨ ਨੰਬਰ 9 ਹੈ ਜੀ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਤਰਨ ਤਾਰਨ ਸ਼ਹਿਰ ਦੀ ਸਥਾਪਨਾ ਕਦੋਂ ਕੀਤੀ ਜੀ ਸਹੀ ਆਨਸਰ ਹੈ ਜੀ অপਸ਼ਨ ਸੀ ਜੀ 1590 ਈਸਵੀ ਦੇ ਵਿੱਚ ਜੀ ਸੋ 1590 ਈਸਵੀ ਦੇ ਵਿੱਚ ਰਾਵੀ ਤੇ ਬਿਆਸ ਨਦੀਆਂ ਦੇ ਵਿਚਕਾਰ ਤਰਨਤਾਰ ਨਾਮੀ ਜਿਹੜਾ ਸ਼ਹਿਰ ਦੀ ਨੀ ਗੁਰੂ ਜੀ ਨੇ ਰੱਖੀ ਸੀ ਔਰ ਇਹ ਸ਼ਹਿਰ ਵਾਲੀ ਜ਼ਮੀਨ ਗੁਰੂ ਜੀ ਨੇ ਖਾਰਾ ਪਿੰਡ ਦੇ ਲੋਕਾਂ ਤੋਂ ਖਰੀਦ ਕੇ ਇੱਕ ਸਰੋਵਰ ਦੀ ਖੁਦਾਈ ਦਾ ਜਿਹੜਾ ਕੰਮ ਸ਼ੁਰੂ ਕਰਵਾਇਆ ਸੀ ਜੀ ਔਰ ਇਸ ਸਰੋਵਰ ਦਾ ਨਾਮ ਜਿਹੜਾ ਤਰਨਤਾਰ ਰੱਖਿਆ ਗਿਆ ਸੀ ਜਿਸ ਦਾ ਭਾਵ ਹੈ ਕਿ ਇਸ ਵਿੱਚ ਇਸ਼ਨਾਨ ਕਰਨ ਵਾਲਾ ਵਿਅਕਤੀ ਸੰਸਾਰ ਦੇ ਭਾਵ ਸਾਗਰ ਤੋਂ ਤਰ ਜਾਂਦਾ ਹੈ ਔਰ ਹੌਲੀ ਹੌਲੀ ਇਹਦੇ ਆਲੇ ਦੁਆਲੇ ਜਿਹੜਾ ਫਿਰ ਸ਼ਹਿਰ ਵੱਸ ਗਿਆ ਜੀ ਔਰ ਸਿੱਖਾਂ ਨੂੰ ਇੱਕ ਹੋਰ ਤੀਰਥ ਸਥਾਨ ਜਿਹੜਾ ਉਹ ਮਿਲ ਗਿਆ ਜੀ। ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 10 ਕਰਤਾਰਪੁਰ ਤੇ ਹਰਗੋਬਿੰਦਪੁਰ ਦੀ ਨੀਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕਦੋਂ ਰੱਖੀ ਜੀ? ਸਹੀ ਆਨਸਰ ਹੈ ਜੀ অপਸ਼ਨ ਬੀ ਜੀ। 1593 ਦੇ ਵਿੱਚ ਜਿਹੜਾ ਹੈ ਕਰਤਾਰਪੁਰ ਦੀ ਔਰ 1595 ਈਸਵੀ ਦੇ ਵਿੱਚ ਹਰਗੋਬਿੰਦਪੁਰ ਦੀ ਨੀਂ ਰੱਖੀ ਸੀ ਜੀ ਔਰ ਹਰਗੋਬਿੰਦਪੁਰ ਦੀ ਨੀਂ ਜਿਹੜੀ ਹੈ ਗੁਰੂ ਜੀ ਨੇ ਜਿਹੜਾ ਹੈ ਗੁਰੂ ਹਰਗੋਬਿੰਦ ਜੀ ਦੇ ਜਨਮ ਦੀ ਖੁਸ਼ੀ ਦੇ ਵਿੱਚ ਬਿਆਸ ਨਦੀ ਦੇ ਕੰਡੇ ਤੇ ਜਿਹੜੀ ਹੈ ਰੱਖੀ ਸੀ ਜੀ ਨੈਕਸਟ ਹੈ ਜੀ ਕੁਐਸਚਨ ਨੰਬਰ 11 ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸੰਕਲਨ ਕਦੋਂ ਸੰਪੂਰਨ ਹੋਇਆ ਜੀ ਸਹੀ ਆਨਸਰ ਹੈ অপਸ਼ਨ ਸੀ ਜੀ 1604 ਈਸਵੀ ਦੇ ਵਿੱਚ ਕੁਐਸਚਨ ਨੰਬਰ ਕੇ 12 ਜੀ ਹਰਮੰਦਰ ਸਾਹਿਬ ਦਾ ਨੀ ਪੱਥਰ ਕਿਸ ਨੇ ਰੱਖਿਆ ਜੀ ਸਹੀ ਆਨਸਰ ਹੈ ਜੀ অপਸ਼ਨ ਬੀ ਜੀ ਫਕੀਰ ਮੀਆਂ ਮੀਰ ਨੇ ਰੱਖਿਆ ਸੀ ਜੀ ਜੇਕਰ ਪੁੱਛਿਆ ਜਾਏ ਕਦੋਂ ਰੱਖਿਆ ਸੀ ਜੀ 1588 ਜਾਂ 99 ਦੇ ਵਿੱਚ ਜੀ ਔਰ ਸੂਫੀ ਫਕੀਰ ਜਿਹੜੇ ਮੀਆਂ ਮੀਰ ਸੀ ਉਹ ਲਾਹੌਰ ਦੇ ਰਹਿਣ ਵਾਲੇ ਸੀ ਜੀ ਕੁਐਸਚਨ ਨੰਬਰ 13 ਹੈ ਜੀ ਸਿੱਖਾਂ ਦੀ ਧਾਰਮਿਕ ਰਾਜਧਾਨੀ ਦਾ ਮਾਣ ਕਿਹੜੇ ਸ਼ਹਿਰ ਨੂੰ ਪ੍ਰਾਪਤ ਹੈ ਸਹੀ ਆਨਸਰ ਹੈ ਜੀ অপਸ਼ਨ ਬੀ ਜੀ ਅੰਮ੍ਰਿਤਸਰ ਨੂੰ ਜਿਹੜਾ ਹੈ ਸਿੱਖਾਂ ਦੀ ਧਾਰਮਿਕ ਰਾਜਧਾਨੀ ਵੀ ਕਿਹਾ ਜਾਂਦਾ ਹੈ ਸਿੱਖਾਂ ਦਾ ਮੱਕਾ ਵੀ ਔਰ ਗੁਰੂ ਕੀ ਨਗਰੀ ਵੀ ਕਿਹਾ ਜਾਂਦਾ ਹੈ ਜੀ ਕੁਐਸਚਨ ਨੰਬਰ 14 ਜੀ ਅੰਮ੍ਰਿਤਸਰ ਨਾਮਕ ਸਰੋਵਰ ਦੀ ਖੁਦਾਈ ਦਾ ਕੰਮ ਕਿਸ ਵਿਅਕਤੀ ਦੀ ਦੇਖ ਰਿਕ ਦੇ ਵਿੱਚ ਹੋਇਆ ਜੀ ਸਹੀ ਆਨਸਰ ਹੈ ਜੀ অপਸ਼ਨ ਸੀ ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਪੱਲਾ ਜੀ ਸੋ ਇਹਨਾਂ ਦੋਨਾਂ ਦੀ ਦੇਖ ਰਹਿਕਤ ਦੇ ਵਿੱਚ ਜਿਹੜਾ ਅਮਰਤਸਰ ਨਾਮਕ ਸਰੋਵਰ ਦੀ ਖੁਦਾਈ ਦਾ ਕੰਮ ਹੋਇਆ ਸੀ ਜੀ ਨੈਕਸਟ ਹੈ ਜੀ ਕੁਐਸਚਨ ਨੰਬਰ 15 ਆਦ ਗ੍ਰੰਥ ਨੂੰ ਕਿਸ ਵਿਅਕਤੀ ਨੇ ਲਿਖਿਆ ਜੀ ਸਹੀ ਆਨਸਰ ਹੈ ਆਪਸ਼ਨ ਬੀ ਜੀ ਭਾਈ ਗੁਰਦਾਸ ਪੱਲਾ ਨੇ ਜੀ ਨੈਕਸਟ ਕੁਐਸਚਨ ਹੈ ਜੀ ਕੁਐਸਚਨ ਨੰਬਰ 16 ਸ੍ਰੀ ਹਰਿਮੰਦਰ ਸਾਹਿਬ ਦਾ ਪਹਿਲਾ ਗ੍ਰੰਥੀ ਕੌਣ ਸੀ ਸਹੀ ਆਨਸਰ ਹੈ ਜੀ ਆਪਸ਼ਨ ਏ ਜੀ ਬਾਬਾ ਬੁੱਢਾ ਜੀ ਕਵੈਸਚਨ ਨੰਬਰ ਕਿ 17 ਜੀ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕੁੱਲ ਕਿੰਨੇ ਪੰਨੇ ਹਨ ਸਹੀ ਆਨਸਰ ਹੈ ਜੀ অপਸ਼ਨ A ਜੀ 1430 ਪੰਨੇ ਨੇ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕਵੈਸਚਨ ਨੰਬਰ 18 ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਿਹੜੇ ਗੁਰੂ ਦੇ ਸ਼ਬਦ ਸਭ ਤੋਂ ਜ਼ਿਆਦਾ ਦਰਜ ਹਨ ਜੀ ਸਹੀ ਆਨਸਰ ਹੈ ਜੀ অপਸ਼ਨ B ਜੀ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਜਿਹੜੇ ਸ਼ਬਦ ਨੇ ਸਭ ਤੋਂ ਜ਼ਿਆਦਾ ਦਰਜ ਨੇ ਜੀ ਜਿਵੇਂ ਕਿ ਆਪਾਂ ਉੱਪਰ ਡਿਸਕਸ ਕੀਤਾ ਕਿ 2216 ਜਿਹੜੇ ਸ਼ਬਦ ਨੇ ਉਹ ਗੁਰੂ ਅਰਜਨ ਦੇਵ ਜੀ ਕਵੈਸਚਨ ਨੰਬਰ 19 ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਿਹੜੇ ਗੁਰੂ ਜੀ ਦੇ ਸ਼ਬਦ ਸਭ ਤੋਂ ਘੱਟ ਹਨ ਜੀ ਸਹੀ ਆਨਸਰ ਹੈ ਜੀ অপਸ਼ਨ ਸੀ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਬਾਟ ਸ਼ਬਦ ਨੇ ਜੀ ਸਭ ਤੋਂ ਘੱਟ ਨੇ ਜੀ ਨੈਕਸਟ ਹੈ ਜੀ ਕਵੈਸਚਨ ਨੰਬਰ 20 ਪਹਿਲੇ ਤਿੰਨ ਗੁਰੂਆਂ ਦੀ ਬਾਣੀ ਦਾ ਸੰਗ੍ਰਹਿ ਗੁਰੂ ਅਰਜਨ ਦੇਵ ਜੀ ਨੇ ਕਿਸ ਤੋਂ ਪ੍ਰਾਪਤ ਕੀਤਾ ਜੀ ਸਹੀ ਆਨਸਰ ਹੈ ਜੀ অপਸ਼ਨ ਬੀ ਜੀ ਬਾਬਾ ਮੋਹਨਜੀ ਤੋਂ ਅਗਲਾ ਕਵੈਸਚਨ ਹੈ ਜੀ ਕਵੈਸਚਨ ਨੰਬਰ 21 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕੁੰਜੀ ਕਿਹੜੀ ਰਚਨਾ ਨੂੰ ਕਿਹਾ ਜਾਂਦਾ ਜੀ ਸਹੀ ਆਨਸਰ ਹੈ ਜੀ অপਸ਼ਨ A ਜੀ ਭਾਈ ਗੁਰਦਾਸ ਜੀ ਦੀਆਂ 12 ਨੇ ਜੀ 39 ਸੋ ਉਹਨਾਂ ਨੂੰ ਜਿਹੜਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਕੁੰਜੀ ਕਿਹਾ ਜਾਂਦਾ ਹੈ ਕੁਐਸਚਨ ਨੰਬਰ ਅੱਗੇ 22 ਹੈ ਜੀ ਆਦ ਗ੍ਰੰਥ ਵਿੱਚ ਗੁਰੂਆਂ ਦੀ ਬਾਣੀ ਨੂੰ ਕਿੰਨੇ ਰਾਗਾਂ ਦੇ ਵਿੱਚ ਜਿਹੜਾ ਹੈ ਵੰਡਿਆ ਗਿਆ ਜੀ ਸਹੀ ਆਨਸਰ ਹੈ ਜੀ অপਸ਼ਨ B 31 ਰਾਗਾਂ ਦੇ ਵਿੱਚ ਜੀ ਕੁਐਸਚਨ ਨੰਬਰ 3 ਹੈ ਜੀ ਆਦ ਗ੍ਰੰਥ ਵਿੱਚ ਕਿੰਨੇ ਭਗਤਾਂ ਤੇ ਸੂਫੀਆਂ ਦੇ ਸ਼ਬਦ ਹਨ ਜੀ ਸਹੀ ਆਨਸਰ ਹੈ ਜੀ অপਸ਼ਨ C ਜੀ 15 ਫਕਤਾ ਅਤੇ ਸੂਫੀਆਂ ਦੇ ਸ਼ਬਦ ਦਰਜ ਨੇ ਜੀ ਆਦ ਗ੍ਰੰਥ ਦੇ ਵਿੱਚ ਜੀ ਕੁਐਸਚਨ ਨੰਬਰ 24 ਜੀ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਕਿਸ ਸਾਲ ਹੋਈ ਜੀ ਸਹੀ ਆਨਸਰ ਹੈ ਜੀ অপਸ਼ਨ ਬੀ ਜੂਨ 1606 ਈਸਵੀ ਦੇ ਵਿੱਚ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕੀਤਾ ਸੀ ਜੀ ਜਹਾਂਗੀਰ ਨੇ ਨੈਕਸਟ ਹੈ ਜੀ ਕੁਐਸਚਨ ਨੰਬਰ 25 ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕਿਸ ਨੂੰ ਆਪਣਾ ਉੱਤਰ ਅਧਿਕਾਰੀ ਥਾਪਿਆ ਜੀ ਸਹੀ ਆਨਸਰ ਹੈ ਜੀ অপਸ਼ਨ ਸੀ ਸ੍ਰੀ ਗੁਰੂ ਹਰਗੋਬਿੰਦ ਜੀ ਨੂੰ ਸੋ ਜਿਨ੍ਹਾਂ ਦੇ ਜੀਵਨ ਬਾਰੇ ਨੈਕਸਟ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਜੀ ਵੀਡੀਓ ਵਧੀਆ ਲੱਗੇ ਤਾਂ ਪਲੀਜ਼ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਜ਼ਰੂਰ ਕਰਨਾ ਇਸ ਥੈਂਕ ਯੂ ਥੈਂਕ ਯੂ ਫॉर ਵਾਚਿੰਗ ਦਾ ਵੀਡੀਓ